ਇੱਕ ਕਿਸਾਨ ਤੇ ਮੋਟਰ ਵਾਲੇ ਕਮਰੇ ਦਾ ਲੈਂਟਰ ਡਿੱਗ ਪਿਆ ਜਿਸ ਦੇ ਨਾਲ ਉਸਦੀ ਦਰਦਨਾਕ ਮੌਤ ਹੋ ਗਈ। ਗਰੀਬ ਕਿਸਾਨ ਸੀ, ਠੇਕੇ ਤੇ ਜ਼ਮੀਨ ਲਈ ਹੋਈ ਸੀ, ਵਾਹੀ ਕਰਦਾ ਸੀ ਤਾਂ ਮੋਟਰ ਤੇ ਗਿਆ ਤਾਂ ਮੋਟਰ ਵਾਲੇ ਕਮਰੇ ਦਾ ਲੈਂਟਰ ਆ ਜਿਹੜਾ ਇਸ ਕਿਸਾਨ ਤੇ ਡਿੱਗ ਪਿਆ। ਮੌਕੇ ਤੇ ਹੀ ਕਿਸਾਨ ਟਹਿਲ ਸਿੰਘ ਦੀ ਮੌਤ ਹੋ ਗਈ। ਅੰਮ੍ਰਿਤਸਰ ਦੇ ਫਤਾਹਪੁਰ ਦੇ ਵਿੱਚ ਇਹ ਦਰਦਨਾਕ ਭਾਣਾ ਵਾਪਰ ਗਿਆ। ਠੇਕੇ ਤੇ ਜ਼ਮੀਨ ਲੈ ਕੇ ਵਾਹੀ ਕਰਦਾ ਸੀ, ਬੇਹੱਦ ਗਰੀਬ ਹੈ। ਤਸਵੀਰਾਂ ਦੇ ਵਿੱਚ ਤੁਸੀਂ ਉਹਨਾਂ ਦਾ ਘਰ ਦੇਖ ਸਕਦੇ ਹੋ, ਕਿਸ ਤਰੀਕੇ ਦੇ ਨਾਲ ਦੁੱਖਾਂ ਦਾ ਪਹਾੜ ਡਿੱਗ ਪਿਆ। ਤਾਂ ਅੰਮ੍ਰਿਤਸਰ ਦੇ ਫਤਾਹਪੁਰ ਇਲਾਕੇ ਦੇ ਵਿੱਚ ਇਹ ਦਰਦਨਾਕ ਭਾਣਾ ਵਾਪਰ ਗਿਆ। ਮੋਟਰ ਵਾਲੇ ਕਮਰੇ ਦਾ ਲੈਂਟਰ ਡਿੱਗਣ ਕਰਕੇ ਕਿਸਾਨ ਟਹਿਲ ਸਿੰਘ ਦੀ ਦਰਦਨਾਕ ਮੌਤ ਹੋ ਗਈ। ਸਾਰਾ ਮਲਬਾ ਕਿਸਾਨ ਦੇ ਉੱਪਰ ਡਿੱਗ ਪਿਆ, ਪਰਿਵਾਰ ਤੇ ਦੁੱਖਾਂ ਦਾ ਪਹਾੜ ਡਿੱਗ ਗਿਆ। ਕਿਸਾਨ ਨੇ ਠੇਕੇ ਤੇ ਜ਼ਮੀਨ ਲੈ ਕੇ ਵਾਹੀ ਕਰਦਾ ਸੀ। ਔਰ ਅੰਮ੍ਰਿਤਸਰ ਦੇ ਫਤਾਹਪੁਰ ਦੀ ਇਹ ਵੀਡੀਓ ਹੈ। ਫਿਲਹਾਲ ਲੋਕਾਂ ਦੇ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਟਹਿਲ ਸਿੰਘ ਦੀ ਪਤਨੀ ਨੂੰ ਕੋਈ ਨਾ ਕੋਈ ਮੁਆਵਜ਼ਾ ਜਾਂ ਕਿਤੇ ਨੌਕਰੀ ਤੇ ਰੱਖਿਆ ਜਾਵੇ, ਕਿਉਂਕਿ ਬੇਹੱਦ ਗਰੀਬ ਇਹ ਕਿਸਾਨ ਸੀ ਜੋ ਠੇਕੇ ਤੇ ਜ਼ਮੀਨ ਲੈ ਕੇ ਵਾਹੀ ਕਰਦਾ ਸੀ। ਇਹ ਮੇਰੇ ਤੋਂ ਛੋਟਾ ਹੈ, ਸਾਡੇ ਸਾਰੇ ਪਰੰਪਰਾ ਤੋਂ ਛੋਟਾ ਹੀ ਹੈ। ਇਹ ਮਹਾਰਾਜ ਬੜਾ ਗਰੀਬ ਹੀ ਸਰਦਾਰਾਂ ਦੇ ਨਾਲ ਸੇਵ ਕਰਦਾ ਸੀ। ਇਹ ਬੰਬੀ ਤੜਕੇ ਬੰਦ ਕਰਨ ਗਿਆ ਵਾ ਅਤੇ ਬੰਦ ਕਰਦਿਆਂ ਇਹਦੇ ਉੱਤੇ ਲੈਂਟਰ ਡਿੱਗ ਪਿਆ ਵਾ ਅਤੇ ਨਾ ਇਹਦਾ ਕੋਈ ਧੀ ਆ ਅਤੇ ਨਾ ਇਹਦਾ ਕੋਈ ਪੁੱਤ ਆ। ਇਕੱਲੀ ਉਹਦੇ ਘਰ ਦੀ ਰਹਿ ਗਈ ਆ। ਉਹਨੂੰ ਕੋਈ ਚਾਹੇ ਨੌਕਰੀ ਦਵਾ ਦੇਣ, ਕਿਸੇ ਸਰਕਾਰ ਦੇ ਦੇਵੇ, ਕਿਉਂਕਿ ਸਾਡੇ ਕੋਲ ਤਾਂ 24 ਘੰਟੇ ਹੋਣਾ ਨਹੀਂ ਕੁਛ ਵੀ, ਅਤੇ ਉਹਨੂੰ ਆਪਣੇ ਉਹਦੇ ਜੋਗਾ ਮਿਲ ਜੇ, ਕੋਈ ਸਰਕਾਰ ਸਾਨੂੰ ਸਹੂਲਤ ਦੇਵੇ। ਕੰਮ ਕਿਸੇ ਕੋਲ ਕਰਦਾ ਸੀ ਜਾਂ ਪਹਿਲੇ ਠੇਕੇ ਦੇ ਰੱਖੀ ਸੀ? ਠੇਕੇ ਤੇ ਉਹਨੇ ਜਿਸ ਤਰ੍ਹਾਂ ਸੇਵ ਕੀਤੀ ਹੁੰਦੀ, ਕਿਸੇ ਦੀ ਸੇਵ ਕੀਤੀ ਹੁੰਦੀ, ਉਹ ਹਿਸਾਬ ਹੀ ਰਿਹਾ ਸੀ ਸਾਲ ਬਾਅਦ ਅਤੇ ਤੜਕੇ ਬੰਬੀ ਬੰਦ ਕਰਨ ਗਿਆ। ਉਹਦੇ ਉੱਤੇ 2 ਮੁੰਡੇ ਗਏ, 1 ਬਚ ਗਿਆ ਅਤੇ ਇਹ ਥੱਲੇ ਆ ਗਿਆ। ਇਹਨੂੰ 6 ਸਾਲ ਹੋ ਗਿਆ। ਮਾਲਕ ਨੂੰ ਵੀ ਮਿਲਿਆ ਜੀ, ਮਾਲਕ ਤਾਂ ਇਹਦੇ 'ਤੇ ਭਰੋਸਾ ਹੀ ਬੜਾ ਕਰਦਾ ਸੀ ਅਤੇ ਸਾਰੀ ਜਾਇਦਾਦ ਹੀ ਇਹਦੇ 'ਤੇ ਸੁੱਟੀ ਸੀ ਉਹਨੇ ਦੇ। ਹਾਂ, ਉਹਨੂੰ ਇਹ ਨਹੀਂ ਸਮਝਦਾ ਵੀ ਇਹਨੂੰ ਮੈਂ ਰੱਖਿਆ ਵਾ, ਇਹਨੂੰ ਆਪਣਾ ਬੇਟਾ ਹੀ ਸਮਝਦਾ ਸੀ। ਮਾਲਕ ਦਾ ਵੀ ਬਿਦੋਂ ਵੱਧ ਨੁਕਸਾਨ ਹੋ ਗਿਆ, 1/2 ਕਿੱਲੇ ਦਾ ਲੈਂਟਰ ਢੱਟ ਗਿਆ ਵਾ। ਮਾਲਕ ਦਾ ਗੁਨਾਹ ਤਾਂ ਮਾਲਕ ਦਾ ਵੀ ਕੋਈ ਨਹੀਂ ਗਾ, ਇਹ ਤਾਂ ਰੱਬ ਦੀ ਕੀਤੀ ਹੋ ਗਈ ਆ ਨਾ। ਇਹਦੇ ਕੋਈ ਮਾਲਕ ਦੇਵੇ, ਕੋਈ ਸਰਕਾਰ ਦੇਵੇ, ਪਰਿਵਾਰ ਆ ਸਰਕਾਰ ਕੋਲ, ਬਿਲਕੁਲ ਇਹਦਾ ਕੋਈ ਧੀ ਨਹੀਂ, ਕੋਈ ਪੁੱਤ ਨਹੀਂ ਗਾ। ਬਾਲਿਆਂ ਦੀਆਂ ਛੱਤਾਂ ਵੇਖ ਲਓ, ਇਹਦੇ ਵਿੱਚ ਤੁਸੀਂ ਵੇਖ ਹੀ ਲਿਆ। ਇਹ ਕੁੜੀ ਨੂੰ ਨੌਕਰੀ ਮਿਲ ਜੇ ਕੋਈ, ਜਿਹੜੀ ਇਹਦੀ ਜ਼ਿੰਦਗੀ ਬਣੀ ਰਹੇ। ਇਹਦੀ ਜ਼ਮੀਨ ਟਹਿਲ ਸਿੰਘ ਨੇ ਲਈ ਠੇਕੇ 'ਤੇ, ਉਹ ਵਾਈ ਵੀ ਕਰਦਾ ਕੰਟਰੋਲ ਸਾਰਾ, ਉਹਦੇ ਕੋਲ ਹਵੇਲੀ ਤਕਰੀਬਨ ਇੱਥੇ ਹੀ, ਅੱਗੇ ਵੀ ਇੱਥੇ ਹੀ ਸਾਰਾ ਕੰਮ ਕਾਰਬਾਰ ਕਰਦੇ ਸੀਗੇ। ਆ ਕੇ ਕਦੇ ਬੰਬੀ ਛੱਡਣ ਆਇਆ ਕਦੇ ਸਵੇਰੇ, ਤਾਂ ਕੁਦਰਤੀ ਉਹ ਪਰਲੀ ਸਾਈਡ 'ਤੇ ਬਹਿ ਗਿਆ, ਅਗਲ ਤਾਂ ਇੱਧਰ ਹੀ ਬਹਿੰਦੇ ਨੇ ਅਤੇ ਉੱਤੋਂ ਸਭ ਕੁਝ ਠੀਕ ਠਾਕ, ਉਹ ਗੱਲਬਾਤ ਨਹੀਂ, ਤਾਂ ਕੁਦਰਤੀ ਕਿਤੇ ਉੱਤੋਂ ਲੈਂਟਰ ਜਿਹੜਾ ਸਾਰਾ ਸਾਰਾ ਡਿੱਗ ਗਿਆ। ਹੋ ਗਿਆ ਨਾ, 6-7 ਸਾਲ ਤਾਂ ਹੋ ਗਏ ਨੇ ਉਦੋਂ ਦੇ ਠੇਕੇ 'ਤੇ ਵਾਰ ਸੀ। ਹਾਂਜੀ ਹਾਂਜੀ, ਠੇਕੇ 'ਤੇ ਅਤੇ ਇਹ ਤੁਹਾਡੇ ਜ਼ਮੀਨ ਤੁਹਾਡੀ ਮਾਲਕੀ ਹੈ ਤੁਹਾਡੀ? ਹਾਂਜੀ ਹਾਂਜੀ, ਠੇਕੇ 'ਤੇ ਇਹ ਵਾਹੁੰਦਾ ਸੀ। ਹਾਂਜੀ, ਠੇਕੇ 'ਤੇ ਸਾਰਾ ਕੰਟਰੋਲ ਇਹਦੇ ਕੋਈ ਸੀਗਾ ਕਿ ਮਤਲਬ ਸਾਹਿਬ ਦਾ ਕਰਮ ਡਿੱਗਿਆ ਕਿਉਂ ਜਾਂਦਾ? ਲੈਂਟਰ ਚੰਗਾ ਭਲਾ, ਕੋਈ ਚੋਂਦਾ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ, ਕੋਈ ਕੁਝ ਤਰੇੜ ਨਹੀਂ ਹੈਗੀ, ਅਚਾਨਕ ਡਿੱਗ ਪਿਆ, ਪਤਾ ਨਹੀਂ ਕਿੱਦਾਂ, ਰੱਬ ਜਾਣਦਾ। ਇਹਦੇ ਪਰਿਵਾਰ ਦਾ ਨੁਕਸਾਨ ਵੀ ਹੋਇਆ ਤਾਂ ਫਿਰ ਉਹਨਾਂ ਦਾ ਸਾਥ ਦਿਓਗੇ? ਆਹੋ ਜੀ, ਅਸੀਂ ਨਾਲ ਹੀ ਆ, ਅਸੀਂ ਕਿੱਦਾਂ ਜਾਣਾ, ਸਾਡੇ ਪਰਿਵਾਰ ਦਾ ਜੀ ਆ।